ਅਹਿਮ ਖਬਰ ਰਾਮਪੁਰਾ ਫੂਲ ਤੋਂ ਹੈ। ਵਧੀਆ ਸਿਹਤ ਸਹੂਲਤਾਂ ਦੇਣ ਦੇ ਨਾਂ ਨਾਲ ਜਾਣਿਆ ਜਾਂਦਾ ਅਪੈਕਸ ਹਸਪਤਾਲ ਸ਼ਹਿਰ ਵਾਸੀਆਂ ਦੇ ਲਈ ਵਰਦਾਨ ਬਣਦਾ ਜਾ ਰਿਹਾ ਹੈ। ਡਾਕਟਰ ਗੁਰਵਿੰਦਰ ਸਿੰਘ ਮਾਨ ਅਤੇ ਮੈਡਮ ਸਿਮਰਪ੍ਰੀਤ ਮਾਨ ਦੇ ਯਤਨਾਂ ਸਦਕਾ ਜਿੱਥੇ ਸ਼ਹਿਰ ਵਾਸੀਆਂ ਨੂੰ 24 ਘੰਟੇ ਸਿਹਤ ਸਹੂਲਤਾਂ ਮਿਲ ਰਹੀਆਂ ਨੇ, ਉੱਥੇ ਹੁਣ ਘੱਟ ਰੇਟਾਂ ਦੇ ਵਿੱਚ ਬਠਿੰਡਾ ਸ਼ਹਿਰ ਦਾ ਸੁਪਰ ਸਪੈਸ਼ਲਿਟੀ ਮੈਕਸ ਹਸਪਤਾਲ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਰਾਮਪੁਰਾ ਫੂਲ 'ਚ ਸ਼ੁਰੂ ਕਰਨ ਜਾ ਰਿਹਾ ਹੈ। ਮੈਕਸ ਹਸਪਤਾਲ ਦੇ ਡਾਕਟਰ ਹੁਣ ਹਫ਼ਤੇ ਦੇ ਅਲੱਗ ਅਲੱਗ ਦਿਨਾਂ ਦੇ ਅਨੁਸਾਰ ਆਪਣੀਆਂ ਸੇਵਾਵਾਂ ਦੇਣ ਦੇ ਲਈ ਅਪੈਕਸ ਹਸਪਤਾਲ ਦੇ ਵਿੱਚ ਆਉਣਗੇ, ਤਾਂ ਜੋ ਮਰੀਜ਼ਾਂ ਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਵਧੀਆ ਸਿਹਤ ਸਹੂਲਤਾਂ ਮਿਲ ਸਕਣ। ਦੱਸਿਆ ਗਿਆ ਕਿ ਵੱਖ ਵੱਖ ਬਿਮਾਰੀਆਂ ਨਾਲ ਸੰਬੰਧਿਤ ਸੁਪਰ ਸਪੈਸ਼ਲਿਸਟ ਡਾਕਟਰ ਹੁਣ ਅਪੈਕਸ ਹਸਪਤਾਲ ਦੇ ਵਿੱਚ ਵੀ ਉਪਲਬਧ ਹੋਣਗੇ। ਮੈਂ ਸਾਰੇ ਪ੍ਰੈਸ ਦੇ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਸਮਝਦਾ ਪ੍ਰੈਸ ਨੂੰ ਜਿਵੇਂ ਕਿਹਾ ਜਾਂਦਾ ਸਾਡੇ ਸਮਾਜ ਦਾ ਫੋਰਥ ਪਿੱਲਰ ਹੈ, ਔਰ ਤੁਹਾਡੀ ਸਾਰਿਆਂ ਦੀ ਬਹੁਤ ਕਾਲਣਾ ਹੈ। ਚਾਹੇ ਕੋਵਿਡ ਰਿਹਾ, ਚਾਹੇ ਕੁਛ ਵੱਡੀਆਂ ਬਿਮਾਰੀਆਂ ਆਈਆਂ, ਤੁਸੀਂ ਸਾਰਿਆਂ ਨੇ ਹਰ ਚੀਜ਼ ਨੂੰ ਕਵਰ ਕੀਤਾ। ਆਪਣੀ ਜਾਨ ਦੀ ਪਰਵਾਹ ਨਾ ਕਰਕੇ ਤੁਸੀਂ ਸਾਡੇ ਨਾਲ ਖੜ੍ਹੇ ਰਹੇ ਹੋ, ਔਰ ਸਮਾਜ ਦੇ ਵਿੱਚ ਐਜੂਕੇਸ਼ਨ, ਲੋਕਾਂ ਤੱਕ ਹੈਲਥ ਐਜੂਕੇਸ਼ਨ ਦੇਣ ਵਾਸਤੇ ਵੀ ਤੁਹਾਡਾ ਬਹੁਤ ਵੱਡਾ ਰੋਲ ਰਿਹਾ, ਯੋਗਦਾਨ ਰਿਹਾ। ਔਰ ਮੈਂ ਜਿੰਨੀ ਵਾਰੀ ਵੀ ਪ੍ਰੈਸ ਦੇ ਸਾਰੇ ਵੀਰਾਂ ਨਾਲ ਕਿਤੇ ਮੁਲਾਕਾਤ ਕੀਤੀ ਹੈ ਜਾਂ ਮੈਂ ਉਹਨਾਂ ਨੂੰ ਕੁਛ ਕਿਹਾ ਵੀ ਆਪਾਂ ਸਮਾਜ ਤੱਕ ਪਹੁੰਚਾਉਣਾ, ਅਤੇ ਹਰ ਵਾਰੀ ਉਹਨਾਂ ਨੇ ਮੈਨੂੰ ਬੜੀ ਸਪੋਰਟ ਦਿੱਤੀ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ। ਔਰ ਇਸ ਹਾਲਾਤਾਂ ਦੇ ਵਿੱਚ ਪਿੱਛੇ ਜੇ ਇੰਨੇ ਹਾਲਾਤ ਬੁਰੇ ਰਹੇ, ਕੋਵਿਡ ਰਿਹਾ, ਡੇਂਗੂ ਰਿਹਾ, ਹੁਣ ਚੱਲ ਰਿਹਾ, ਬਹੁਤ ਸਾਡੇ ਦੇਸ਼ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਹੈ, ਬਹੁਤ ਡੈਂਸ ਜਿਹੜੀ ਹੈਗੀ ਹੈ, ਪਾਪੂਲੇਸ਼ਨ ਡੈਂਸਿਟੀ ਬਹੁਤ ਜ਼ਿਆਦਾ ਹੈਗੀ ਹੈ। ਹਰ ਇਨਸਾਨ ਤੱਕ ਡਾਕਟਰ ਦਾ, ਸੁਪਰ ਸਪੈਸ਼ਲ ਡਾਕਟਰਸ ਦਾ ਪਹੁੰਚਣਾ ਜਾਂ ਉਹਨਾਂ ਦਾ ਇਨਸਾਨ ਦਾ ਉਸ ਡਾਕਟਰ ਤੱਕ ਪਹੁੰਚਣਾ ਪੋਸੀਬਲ ਨਹੀਂ ਹੋ ਸਕਦਾ। ਤਾਂ ਜਿਹੜਾ ਹੈਗਾ ਪਿੰਡਾਂ ਵਿੱਚ, ਜਿਵੇਂ ਕਿ ਇੰਟੀਰੀਅਰ ਦੇ ਵਿੱਚ, ਉਹਨਾਂ ਬਿਮਾਰੀਆਂ ਵਾਸਤੇ, ਉਹਨਾਂ ਸਾਰੀਆਂ ਪ੍ਰੋਬਲਮਸ ਵਾਸਤੇ ਜੋ ਤੁਹਾਡਾ ਸਾਰਿਆਂ ਦਾ, ਪ੍ਰੈਕਟੀਸ਼ਨਰਸ ਦਾ ਯੋਗਦਾਨ ਹੈ, ਔਰ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਅਣਥੱਕ ਮਿਹਨਤ ਕੀਤੀ ਹੈ, ਔਰ ਉਹਨਾਂ ਖਤਰਨਾਕ ਪੀਰੀਅਡ ਗੁਜ਼ਰਿਆ ਹੈ ਜਿਹੜਾ ਕੋਵਿਡ ਦਾ, ਉਹਦੇ ਵਿੱਚ ਮੈਨੂੰ ਲੱਗਦਾ ਵੀ ਉਨਾ ਬ੍ਰੰਟ ਜਿੰਨਾ ਵੱਡੇ ਹਸਪਤਾਲਾਂ ਨੇ ਸਿਹਾ, ਉਸ ਤੋਂ ਜ਼ਿਆਦਾ ਕਿਤੇ ਤੁਸੀਂ ਬ੍ਰੰਟ ਉਹਦਾ ਸਿਹਾ। ਬਹੁਤ ਲੋਕ ਆਪ ਵੀ ਬਿਮਾਰ ਹੋਏ, ਪ੍ਰੈਕਟੀਸ਼ਨਰ ਬਿਮਾਰ ਹੋਏ, ਔਰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪ੍ਰੋਬਲਮਸ ਆਈਆਂ, ਪਰ ਉਹਦੇ ਬਾਵਜੂਦ ਵੀ ਤੁਹਾਡਾ ਬਹੁਤ ਸਾਰਾ ਯੋਗਦਾਨ ਰਿਹਾ, ਔਰ ਤੁਹਾਡਾ ਸਾਰਿਆਂ ਦਾ ਯੋਗਦਾਨ, ਸਾਡੇ ਨਾਲ ਸਹਿਯੋਗ, ਉਹ ਵੀ ਬਹੁਤ ਉਲੇਖ ਦਾ ਕੀਤਾ ਜਾਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜਦੋਂ ਦੇ ਅਸੀਂ ਇੱਥੇ ਆਏ ਹਾਂ, ਇਸ ਇਲਾਕੇ ਦੇ ਵਿੱਚ ਆਏ ਹਾਂ, ਹਾਲਾਂਕਿ ਅੱਜ ਦਾ ਦਿਨ ਜਿਵੇਂ ਵਰਕਿੰਗ ਡੇ ਹੈ, ਸੋਮਵਾਰ ਦਾ ਦਿਨ ਹੈ, ਤੁਹਾਡੇ ਸਾਰਿਆਂ ਕੋਲ ਆਪਣੇ ਆਪਣੇ ਕਲੀਨਿਕ ਦੇ ਵਿੱਚ ਬੜੇ ਮਰੀਜ਼ ਆਏ ਹੋਣਗੇ, ਪਰ ਤੁਸੀਂ ਸਾਡੇ ਸੱਦੇ 'ਤੇ ਆਏ ਹੋ, ਤੁਸੀਂ ਸਾਡੇ ਨਾਲ ਹੁਣ ਤੱਕ ਜਿਹੜਾ ਸਾਰਾ ਸਹਿਯੋਗ ਕਰਦੇ ਆਏ ਹੋ, ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੋ ਸਰਵਿਸਿਜ ਲੈ ਕੇ ਮੈਕਸ ਹੋਸਪਿਟਲ, ਮਤਲਬ ਮੈਨੂੰ ਲੱਗਦਾ ਹੁੰਦਾ ਵੀ ਹਰ ਬੰਦੇ ਦਾ ਇੱਕ ਮਨ ਦੇ ਵਿੱਚ ਇੱਕ ਖਾਹਿਸ਼ ਹੁੰਦੀ ਹੈ ਕਿ ਮੈਂ ਕਿਸੇ ਸੁਪਰ ਸਪੈਸ਼ਲਿਸਟ ਡਾਕਟਰ ਨੂੰ ਦਿਖਾਵਾਂ, ਔਰ ਖਾਸ ਤੌਰ 'ਤੇ ਮੈਕਸ ਹੋਸਪਿਟਲ ਬੜਾ ਵੱਡਾ ਨਾਮ ਹੈ, ਮੈਕਸ ਹੋਸਪਿਟਲ ਦੇ ਡਾਕਟਰ ਨੂੰ ਦਿਖਾਵਾਂ, ਔਰ ਉੱਥੇ ਜਾਣਾ, ਔਰ ਜਾ ਕੇ ਫਿਰ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉੱਥੋਂ ਦੀਆਂ, ਉਹਨੂੰ ਲੱਗਦਾ, ਡਰ ਲੱਗਦਾ ਵੀ ਪਤਾ ਨਹੀਂ ਕਿੱਡੇ ਵੱਡੇ ਹਸਪਤਾਲ 'ਚ ਪਤਾ ਨਹੀਂ ਕੀ ਹੋ ਜਾਏਗਾ, ਸਾਡੇ ਡੋਰ ਸਟੈਪ ਦੇ ਉੱਤੇ ਜੇ ਕਦੋਂ ਸਾਡੇ ਪਰਿਵਾਰ ਦੇ ਘਰ ਦੇ ਉੱਤੇ ਬਿਲਕੁਲ ਆ ਕੇ, ਦਰੂਹਾਂ 'ਤੇ ਆ ਕੇ ਇਹਨਾਂ ਨੇ ਸਰਵਿਸਿਜ਼ ਦੇਣ ਦਾ ਜੋ ਵਾਅਦਾ ਕੀਤਾ। ਮੈਂ ਹੁਣੇ ਸਰ ਨਾਲ ਗੱਲ ਕਰ ਰਿਹਾ ਸੀਗਾ, ਹਾਲਾਂਕਿ ਇਹਨਾਂ ਨੇ ਸਾਡੇ ਨਾਲ ਵਾਅਦਾ ਕਰ ਲਿਆ ਵੀ ਅਸੀਂ ਇਨਡੋਰ ਵੀ ਕਰਾਂਗੇ, ਅਤੇ ਜੋ ਕਿਤੇ ਪ੍ਰੋਸੀਜਰ ਹੋਊਗਾ, ਛੋਟਾ ਮੋਟਾ ਪ੍ਰੋਸੀਜਰ ਹੋਵੇ ਜਾਂ ਵੱਡਾ ਹੋਵੇ, ਜਿਸ ਤਰ੍ਹਾਂ ਦਾ ਵੀ ਹੋਊਗਾ, ਵੀ ਉਹ ਵੀ ਅੱਗੇ ਇਹ ਫਿਊਚਰ ਵਿੱਚ ਕਰਨਗੇ। ਨਾਲ ਇਹਨਾਂ ਨੂੰ ਮੈਂ ਇਹ ਵੀ ਬੇਨਤੀ ਕੀਤੀ ਹੈ ਕਿ ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ, ਉਹ ਬਹੁਤ ਲੋੜਵੰਦਾਂ ਦੀ ਸਕੀਮ ਹੈ, ਸਰਕਾਰ ਨੇ ਚਲਾਈ ਹੋਈ ਹੈ, ਔਰ ਮੈਨੂੰ ਲੱਗਦਾ ਸਰਕਾਰ ਦੀ ਇਸ ਸਕੀਮ ਦੇ ਨਾਲ ਮਾਸਜ਼ ਨੂੰ ਬਹੁਤ ਫਾਇਦਾ ਹੋਇਆ, ਖਾਸ ਤੌਰ 'ਤੇ ਉਹ ਲੋਕ ਜਿਹੜੇ ਕਿ ਵਿਚਾਰੇ ਉਹਨੇ ਆਪਦੇ ਸਿਹਤ ਸਹੂਲਤਾਂ ਵਾਸਤੇ ਖਰਚਾ ਨਹੀਂ ਕਰ ਸਕਦੇ, ਉਹਨਾਂ ਨੂੰ ਤਰ੍ਹਾਂ ਦੀ ਫ੍ਰੀ ਟ੍ਰੀਟਮੈਂਟ ਦੀ ਸਹੂਲਤ ਸਰਕਾਰ ਨੇ ਦਿੱਤੀ ਹੋਈ ਹੈ। ਉਹਦੇ ਵਿੱਚ ਕਿਉਂਕਿ ਇਹ ਤਾਂ ਜ਼ਰੂਰ ਹੈ ਵੀ ਕੁਛ ਉਹਦੇ ਵਿੱਚ ਚਾਰਜਸ ਬੜੇ ਘੱਟ ਨੇ, ਉਹਦੇ ਵਿੱਚ ਖਰਚੇ ਵੀ ਕਈ ਵਾਰੀ ਪੂਰੇ ਨਹੀਂ ਹੁੰਦੇ, ਔਰ ਸਾਨੂੰ ਲੱਗਦਾ ਉਹਦੇ ਵਿੱਚ ਟ੍ਰੀਟਮੈਂਟ ਵੀ ਕਈ ਵਾਰੀ ਜਿਹੜਾ ਹੈਗਾ ਪੇਸ਼ੈਂਟ ਦਾ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾਉਂਦਾ, ਪਰ ਉਹਦੇ ਬਾਵਜੂਦ ਵੀ ਸਾਨੂੰ ਇਹਨਾਂ ਨੇ ਹੁਣ ਵਿਸ਼ਵਾਸ ਦਵਾਇਆ ਵੀ ਅਸੀਂ ਆਯੁਸ਼ਮਾਨ ਭਾਰਤ ਵਾਲੇ ਪੇਸ਼ੈਂਟ ਵਾਸਤੇ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ, ਜੇ ਉਹਦਾ ਕੋਈ ਪ੍ਰੋਸੀਜਰ ਵਗੈਰਾ ਜਾਂ ਟ੍ਰੀਟਮੈਂਟ ਵੀ ਕਰਨਾ ਪਿਆ
ਤਾਂ ਉਹ ਕਹਿੰਦੇ ਜੀ ਅਸੀਂ ਅੱਗੇ ਇਸ ਗੱਲ ਵਾਸਤੇ ਸਹਿਮਤੀ ਦਿੰਦੇ ਹਾਂ ਵੀ ਅੱਗੇ ਚੱਲ ਕੇ ਅਸੀਂ ਇਸ ਨੂੰ ਆਪਣੇ ਇੱਥੇ ਟ੍ਰੀਟਮੈਂਟ ਵੀ ਦੇਵਾਂਗੇ। ਸੋ ਮੈਂ ਮੈਕਸ ਹੋਸਪਿਟਲ ਦਾ, ਉਹਨਾਂ ਦੀ ਮੈਨੇਜਮੈਂਟ ਦਾ, ਡਾਕਟਰ ਸਾਹਿਬ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਪਹਿਲਾਂ ਸਹਿਯੋਗ ਦਿੰਦੇ ਰਹੇ ਹੋ, ਉਵੇਂ ਮੈਕਸ ਹੋਸਪਿਟਲ ਦੇ ਡਾਕਟਰਸ ਨੂੰ, ਮੈਕਸ ਹੋਸਪਿਟਲ ਦੇ ਸਾਰੀ ਮੈਨੇਜਮੈਂਟ ਨੂੰ ਵੀ ਤੁਹਾਡਾ ਸਹਿਯੋਗ ਬਣਿਆ ਰਹੂਗਾ। ਔਰ ਇਸ ਉਮੀਦ ਦੇ ਨਾਲ ਕਿ ਆਪਣਾ ਆਪਾਂ ਸਮਾਜ ਨੂੰ, ਆਪਾਂ ਆਪਣੇ ਇਲਾਕੇ ਨੂੰ ਹੋਰ ਬੈਟਰ ਸਰਵਿਸ ਦੇ ਸਕਦੇ ਹਾਂ। ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਸਾਰਿਆਂ ਨੇ ਆਪਣੇ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢਿਆ, ਔਰ ਮੈਨੂੰ ਤਾਂ ਕਹਿਣ ਦੀ ਇਹ ਜ਼ਰੂਰਤ ਨਹੀਂ ਕਿ ਜਦੋਂ ਵੀ ਅਸੀਂ ਤੁਹਾਨੂੰ ਕਦੇ ਸੱਦਾ ਦਿੱਤਾ ਕਿਸੇ ਵੀ ਕੰਮ ਵਾਸਤੇ, ਤੁਸੀਂ ਹਮੇਸ਼ਾ ਹਾਜ਼ਰ ਰਹੇ ਹੋ। ਅਤੇ ਅੱਜ ਵੀ ਜਦੋਂ ਤੁਹਾਨੂੰ ਇਨਵਾਈਟ ਕੀਤਾ ਗਿਆ ਤਾਂ ਪੂਰਾ ਯਕੀਨ ਭਰੋਸਾ ਸੀ ਕਿ ਸਾਰੇ ਹੀ ਇੱਥੇ ਹਾਜ਼ਰ ਹੋਵੋਗੇ, ਕਿਉਂਕਿ ਹੁਣ ਜੋ ਰਿਲੇਸ਼ਨਸ਼ਿਪ ਹੈ ਉਹ ਇੱਕ ਫੈਮਿਲੀ ਵਾਂਗੂ ਬਣਦਾ ਜਾ ਰਿਹਾ। ਤਾਂ ਹੁਣ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੈਕਸ ਹੋਸਪਿਟਲ ਦੀਆਂ ਸੁਪਰ ਸਪੈਸ਼ਲਿਟੀ ਸਰਵਿਸਿਜ਼ ਆਪਣੇ ਕੋਲ ਇੱਥੇ ਰਾਮਪੁਰਾ ਹੋਸਪਿਟਲ ਦੇ ਵਿੱਚ, ਏਪੈਕਸ ਹੋਸਪਿਟਲ ਦੇ ਵਿੱਚ ਅਵੇਲੇਬਲ ਨੇ, ਤਾਂ ਆਪਾਂ ਇਹਨਾਂ ਦਾ ਪੂਰੀ ਤਰ੍ਹਾਂ ਫਾਇਦਾ ਉਠਾਉਣਾ। ਤੁਹਾਡੇ ਵੀ ਜੋ ਪੇਸ਼ੈਂਟਸ ਜੋ ਲਿੰਕ ਦੇ ਵਿੱਚ ਹੈ, ਜਿਨ੍ਹਾਂ ਨੂੰ ਜ਼ਰੂਰਤ ਹੈ ਸੁਪਰ ਸਪੈਸ਼ਲਿਟੀ ਕੰਸਲਟੇਸ਼ਨ ਦੀ, ਟਾਈਮ ਦੇ ਹਿਸਾਬ ਨਾਲ ਜੋ ਡੇਜ਼ ਇਹਨਾਂ ਨੇ ਦਿੱਤੇ ਹੋਏ ਆ, ਉਸ ਹਿਸਾਬ ਨਾਲ ਤੁਸੀਂ ਇਹਨਾਂ ਦਾ ਫਾਇਦਾ ਉਠਾ ਸਕਦੇ ਹੋ। ਨੰਬਰ 2 ਦੇ ਉੱਤੇ ਕਈ ਵਾਰੀ ਟਾਈਮਿੰਗਸ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਕਿ ਜਿਹੜੇ ਕੰਸਲਟੈਂਟਸ ਹੈ ਉਹਨਾਂ ਨੇ ਬਠਿੰਡੇ ਤੋਂ ਆਉਣਾ, ਕਈ ਵਾਰ ਉੱਥੇ ਕੋਈ ਪੇਸ਼ੈਂਟ ਹੁੰਦਾ। ਹਾਲਾਂਕਿ ਸਾਡੀ ਇਹਨਾਂ ਦੇ ਨਾਲ ਮੈਨੇਜਮੈਂਟ ਨਾਲ ਇੱਕੋ ਹੀ ਚੀਜ਼ ਪਹਿਲਾਂ ਚੱਲ ਰਹੀ ਸੀ ਕਿ ਟਾਈਮ ਦੇ ਜ਼ਰੂਰ ਪਾਬੰਦ ਹੋਣ, ਕਿਉਂਕਿ ਪੇਸ਼ੈਂਟ ਪਹਿਲਾਂ ਆ ਕੇ ਬੈਠ ਜਾਂਦੇ ਆ। ਹੁਣ ਆਪਾਂ ਸਾਰੇ ਇੱਥੇ ਇਕੱਠੇ ਹੋਏ ਹੋਏ ਹਾਂ, ਜਿਵੇਂ ਪਹਿਲਾਂ ਵੀ ਕਿਹਾ ਸੀ ਮੈਡਮ ਨੇ ਵੀ ਕਿਹਾ ਕਿ ਅਗਰ ਕਿਸੇ ਨੂੰ ਕੋਈ ਵੀ ਮਨ ਦੇ ਵਿੱਚ ਕੋਈ ਸ਼ੰਕਾ, ਕੋਈ ਸਵਾਲ ਜਵਾਬ ਪੁੱਛਣਾ ਰਿਗਾਰਡਿੰਗ ਸਰਵਿਸਿਜ਼, ਉਹ ਪੁੱਛ ਸਕਦੇ ਹੋ। ਡਾਕਟਰ ਸਾਹਿਬ ਨੇ ਆਯੁਸ਼ਮਾਨ ਭਾਰਤ ਦਾ ਦੱਸਤਾ ਵੀ, ਉਹਦੀਆਂ ਵੀ ਸਰਵਿਸਿਜ਼ ਅਵੇਲੇਬਲ ਹੈ। ਉਹਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਲੀਅਰ ਕਰਨੀ ਚਾਹੂੰਗੀ, ਜਿਹੜੀ ਕਿ ਸਾਨੂੰ ਦਿੱਕਤ ਆਉਂਦੀ ਆ ਕਿ ਪੇਸ਼ੈਂਟ ਕਈ ਵਾਰ ਨਾਰਾਜ਼ ਵੀ ਹੋ ਕੇ ਜਾਂਦੇ ਆ ਵੀ ਸਾਡਾ ਕਾਰਡ ਨਹੀਂ ਚਲਾਉਂਦੇ ਜੀ। ਕਾਰਡ ਨਹੀਂ ਚੱਲਦਾ ਤਾਂ ਕੁਛ ਉਹਦੇ ਵਿੱਚ ਪੈਕੇਜਿਸ ਇਹੋ ਜਿਹੇ ਆ ਜਿਹੜੇ ਸਿਰਫ ਔਰ ਸਿਰਫ ਸਿਵਲ ਹੋਸਪਿਟਲ 'ਚ ਹੀ ਹੋ ਸਕਦੇ ਆ, ਕੁਝ ਕੁ ਉਹਨਾਂ ਨੇ ਪ੍ਰਾਈਵੇਟ ਨੂੰ ਦਿੱਤੇ ਹੋਏ ਆ। ਤਾਂ ਉਹਨਾਂ ਦੀ ਨਾਰਾਜ਼ਗੀ ਇਹੀ ਹੁੰਦੀ ਆ ਜੀ, ਉਹਦਾ ਕਾਰਡ ਚਲਾਤਾ ਸਾਡਾ ਕਿਉਂ ਨਹੀਂ ਚਲਾ ਰਹੇ ਗੇ। ਬਟ ਉਹਦੇ ਵਿੱਚ ਇੱਕ ਚੀਜ਼ ਕਲੀਅਰ ਕਰਨੀ ਜ਼ਰੂਰੀ ਹੈ ਕਿ ਬਹੁਤ ਪੈਕੇਜਿਸ ਇਹੋ ਜਿਹੇ ਆ ਜਿਹੜੇ ਕਿ ਇਹਨਾਂ ਦੇ ਜੋ ਇੰਸ਼ੋਰੈਂਸ ਕੰਪਨੀ ਆ ਉਹ ਸਾਨੂੰ ਪ੍ਰਾਈਵੇਟ ਹੋਸਪਿਟਲਸ ਨੂੰ ਨਹੀਂ ਦਿੰਦੇ ਗੇ, ਉਹ ਸਿਰਫ ਸਿਵਲ ਹੋਸਪਿਟਲ 'ਚ ਹੁੰਦੇ ਆ। ਨੰਬਰ 2 ਦੇ ਉੱਤੇ ਜਿਹੜੇ ਕਈ ਬਹੁਤ ਸਿੱਕ ਪੇਸ਼ੈਂਟ ਹੁੰਦੇ ਆ, ICU ਦੀ ਕੇਅਰ ਦੀ ਜ਼ਰੂਰਤ ਹੁੰਦੀ ਆ, ਉਹਨਾਂ ਨੂੰ ਆਕਸੀਜਨ ਵੀ ਚੱਲਦੀ ਆ, ਹੋ ਸਕਦਾ ਅੱਗੇ ਵੈਂਟੀਲੇਟਰ ਦੀ ਵੀ ਜ਼ਰੂਰਤ ਪਵੇ, ਤਾਂ ਉਹਨਾਂ ਕੇਸਿਸ ਦੇ ਵਿੱਚ ਵੀ ਥੋੜ੍ਹੀ ਆਯੁਸ਼ਮਾਨ ਭਾਰਤ ਦਾ ਜੋ ਕਾਰਡ ਹੈ ਉਹ ਚਲਾਉਣ ਦੇ ਵਿੱਚ ਦਿੱਕਤ ਆ ਜਾਂਦੀ ਆ, ਕਿਉਂਕਿ ਉਹ ਜਿਵੇਂ ਜਿਵੇਂ ਪੇਸ਼ੈਂਟ ਦੀ ਸੀਰੀਅਸਨੈਸ ਹੁੰਦੀ ਆ ਉਹਦੀਆਂ ਦਵਾਈਆਂ ਜਾਂ ਉਹਦੀਆਂ ਜੋ ICU ਕੇਅਰ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉਹ ਉਨੀਆਂ ਹੀ ਵੱਧ ਜਾਂਦੀਆਂ ਨੇ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਜਿਹੜੇ ਐਂਟੀਬਾਇਓਟਿਕਸ ਆ, ਜਿਹੜਾ ਪੇਸ਼ੈਂਟ ਸਿੱਕ ਹੈ ਉਹਦੇ ਲਈ ਕਿੰਨੇ ਹਾਇਰ ਐਂਟੀਬਾਇਓਟਿਕਸ ਯੂਜ਼ ਹੁੰਦੇ ਆ, ਔਰ ਇਹਨਾਂ ਦੇ ਡੇਲੀ ਖਰਚੇ ਦੇ ਵਿੱਚੋਂ ਉਹ ਨਹੀਂ ਪੂਰੇ ਹੁੰਦੇ, ਤਾਂ ਸਾਨੂੰ ਪੇਸ਼ੈਂਟ ਰੈਫਰ ਵੀ ਕਰਨਾ ਪੈਂਦਾ। ਉੱਥੇ ਵੀ ਕਈ ਵਾਰ ਨਾਰਾਜ਼ਗੀ ਹੁੰਦੀ ਆ ਕਿ ਇਹਨਾਂ ਨੂੰ ਰੈਫਰ ਕਿਉਂ ਕੀਤਾ ਜਾ ਰਿਹਾ, ਤੁਸੀਂ ਇੱਥੇ ਕੇਅਰ ਕਰ ਸਕਦੇ ਹੋ। ਕਈ ਵਾਰੀ ਸਾਡੇ ਵੀ ਹੱਥ ਬੰਨੇ ਜਾਂਦੇ ਆ, ਸਾਡੀਆਂ ਮਜਬੂਰੀਆਂ ਹੋ ਜਾਂਦੀਆਂ ਨੇ। ਉੱਥੇ ਮੈਂ ਇਹੀ ਰਿਕੁਐਸਟ ਕਰੂੰਗੀ ਵੀ ਤੁਸੀਂ ਵੀ ਕੋਪਰੇਟ ਕਰੋ, ਉਹਨਾਂ ਦਾ ਜਿਹੜਾ ਤੁਹਾਡਾ ਪੇਸ਼ੈਂਟ ਹੁੰਦਾ ਉਹਨੂੰ ਸਮਝਾਇਆ ਜਾ ਸਕਦਾ ਵੀ ਇਹ ਚੀਜ਼ ਇੱਥੇ ਪੋਸੀਬਲ ਨਹੀਂ ਹੈਗੀ, ਜੋ ਸਾਡੇ ਕੋਲੋਂ ਜਿੱਥੋਂ ਤੱਕ ਵੀ ਪੋਸੀਬਲ ਹੁੰਦਾ ਅਸੀਂ ਉਹ ਟ੍ਰੀਟਮੈਂਟ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਨੂੰ ਅੱਗੇ ਨਾ ਜਾਣਾ ਪਵੇ। ਇਸੇ ਤਰ੍ਹਾਂ ਹੀ ਮੈਂ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਅਸੀਂ ਕਹਿ ਚੁੱਕਿਆ, ਸਾਰੇ ਹੀ ਕਹਿ ਰਹੇ ਹਾਂ, ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਅਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਰਾਮਪੁਰਾ ਫੂਲ ਤੋਂ ਬਿਊਰੋ ਚੀਫ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।